ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰੀਏ ਤਾਂ ਅਸੀਂ ਪਹਿਲਾਂ ਲਗਾਤਾਰ ਜੋ ਹੈ ਹਰ ਹਫਤੇ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਉੱਪਰ ਵੀਡੀਓਜ਼ ਬਣਾ ਰਹੇ ਹਾਂ ਕਿਉਂਕਿ ਸਵਾਲ ਵੀ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਪੇਰੈਂਟਸ ਅਪਲਾਈ ਕਰਨਾ ਚਾਹੁੰਦੇ ਨੇ ਉਹ ਸਹੀ ਇਨਫੋਰਮੇਸ਼ਨ ਦੇ ਨਾਲ ਹੀ ਅੱਗੇ ਵਧਣ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਤੁਸੀਂ ਆਪਣੇ ਬੱਚੇ ਲਈ ਅਪਲਾਈ ਕਰਵਾ ਰਹੇ ਹੋ। ਪਹਿਲਾਂ ਤਾਂ ਜਿਵੇਂ 5th ਕਲਾਸ ਤੋਂ ਲੈ ਕੇ +1 ਤੱਕ ਦੇ ਬੱਚੇ ਦਾ ਜੋ ਹੈ ਅਪਲਾਈ ਕਰਵਾਓਗੇ ਤੁਸੀਂ, ਅੱਜ ਦੇ ਟਾਈਮ ਵਿੱਚ ਬਹੁਤ ਚੰਗੇ ਰਿਜ਼ਲਟ ਦੇਖੇ ਜਾ ਰਹੇ ਨੇ ਕਿਉਂਕਿ ਆਸਟ੍ਰੇਲੀਆ ਗਵਰਨਮੈਂਟ ਵੀ ਚਾਹੁੰਦੀ ਹੈ ਕਿ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਵੱਲ ਫਾਈਲਸ ਵਧਣ, ਪੇਰੈਂਟਸ ਜੋ ਹੈ ਫਾਈਲ ਲਗਾਉਣ ਤਾਂ ਕਿ ਬੱਚਾ ਜਿਹੜਾ ਹੈ ਉੱਥੋਂ ਦਾ ਮਾਹੌਲ ਸਮਝੇ ਅਤੇ ਉੱਥੇ ਉਸ ਤੋਂ ਬਾਅਦ ਉੱਥੋਂ ਦੀ ਇਕੋਨਮੀ ਦਾ ਹਿੱਸਾ ਬਣੇ, ਜਦੋਂ ਵੱਡਾ ਹੋਏਗਾ ਅੱਗੋਂ ਆਪਣੀ ਅੱਗੋਂ ਦੀ ਪੜ੍ਹਾਈ ਕਰੇ ਅਤੇ ਉਸ ਤੋਂ ਬਾਅਦ ਜਦੋਂ ਉੱਥੇ ਸੈਟਲ ਹੋਣ ਬਾਰੇ ਸੋਚੇ। ਸੋ ਇਹ ਇੱਕ ਬੇਸਿਕ ਪ੍ਰੋਸੀਜਰ ਹੈ, ਇਸਦੇ ਬਾਰੇ ਜਾਣਨ ਦੇ ਲਈ ਅਸੀਂ ਇਹ ਵੀਡੀਓ ਤੁਹਾਡੇ ਲਈ ਇੱਕ ਸਟੈਪ ਕਲੀਅਰ ਕਰਦੇ ਹਾਂ ਹਮੇਸ਼ਾ ਇਹ ਵੀਡੀਓ ਦੇ ਜ਼ਰੀਏ। ਅੱਜ ਵੀ ਬਹੁਤ ਖਾਸ ਗੱਲਾਂ ਸਕੂਲਿੰਗ ਵੀਜ਼ਾ ਨੂੰ ਲੈ ਕੇ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ, ਸੋ ਜ਼ਰੂਰ ਗੌਰ ਨਾਲ ਸੁਣਿਓ ਅਤੇ ਸਮਝੋ ਇਹਨਾਂ ਗੱਲਾਂ ਨੂੰ ਤਾਂ ਕਿ ਜਦੋਂ ਤੁਸੀਂ ਅਪਲਾਈ ਕਰੋ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਆਵੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਆਪਾਂ ਹਮੇਸ਼ਾ ਜਿਵੇਂ ਦੱਸਦੇ ਹੀ ਹਾਂ ਸਾਰੇ ਪੇਰੈਂਟਸ ਨੂੰ ਔਰ ਸਟੂਡੈਂਟਸ ਨੂੰ ਅਵੇਅਰ ਕਰਦੇ ਹਾਂ ਆਪਣੀ ਵੀਡੀਓਜ਼ ਦੇ ਜ਼ਰੀਏ, ਅੱਜ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਿਵੇਂ ਕਿ ਨੈਵੀਗੇਟਰਸ ਓਵਰਸੀਜ਼ ਤਾਂ ਉੱਥੋਂ ਦੀ ਗਵਰਨਮੈਂਟ ਵੱਲੋਂ ਆਥੋਰਾਈਜ਼ਡ ਕੰਪਨੀ ਹੈ ਸਕੂਲਿੰਗ ਵੀਜ਼ਾ ਦੇ ਵਿੱਚ, ਪਰ ਇੱਥੇ ਮੈਂ ਤੁਹਾਡੇ ਤੋਂ ਇਹ ਜ਼ਰੂਰ ਸਮਝਣਾ ਚਾਹੂੰਗੀ ਕਿ ਜਿਹੜੇ ਪੇਰੈਂਟਸ ਅਪਲਾਈ ਕਰਨ ਬਾਰੇ ਸੋਚਦੇ ਹਾਂ, ਆਪਾਂ ਫਾਈਨੈਂਸ਼ੀਅਲਸ ਦੀ ਵੀ ਗੱਲ ਕਰਦੇ ਹਾਂ, ਸਟੂਡੈਂਟ ਦੇ ਡਾਕੂਮੈਂਟਸ ਦੀ ਵੀ ਗੱਲ ਕਰਦੇ ਹਾਂ, ਪਰ ਉਹ ਉੱਥੋਂ ਦਾ ਇੰਸਟੀਚਿਊਟ ਕਿਵੇਂ ਸਿਲੈਕਟ ਕਰਨ, ਇਸਦੇ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਿਓ। ਦੇਖੋ, ਪੇਰੈਂਟਸ ਜਿਹੜੇ ਜਾਣ ਦੇ ਚਾਹਵਾਨ ਹੈ ਆਸਟ੍ਰੇਲੀਆ, ਇਸ ਟਾਈਮ ਤੁਹਾਨੂੰ ਪਤਾ ਆਸਟ੍ਰੇਲੀਆ ਦਾ ਵੀਜ਼ਾ ਕਾਫੀ ਸਟ੍ਰਿਕਟ ਹੈ, ਠੀਕ ਹੈ। ਹੁਣ ਉਹਨਾਂ ਦੇ ਵਾਸਤੇ ਇੱਕ ਗੋਲਡਨ ਅਪਰਚੁਨਿਟੀ ਹੈ ਕਿ ਉਸ ਬੱਚੇ ਦੇ ਨਾਲ ਉੱਥੇ ਦੇ ਜਿਹੜਾ ਲੋਕਲ ਟਰੈਵਲ ਕਰ ਸਕਦੇ ਆ, ਦੇਖ ਸਕਦੇ ਆ, ਐਜ਼ ਏ ਗਾਰਜੀਅਨ ਬਹੁਤ ਪੇਰੈਂਟਸ ਜਾ ਸਕਦੇ ਆ। ਹੁਣ ਸਟੂਡੈਂਟ ਕਿਹੜੀ ਕਲਾਸ ਤੋਂ ਜਾਏ, 3rd ਆਨਵਰਡ ਅਪ ਟੂ 11th, ਮਤਲਬ 10th ਤੱਕ ਬੱਚਾ ਹੋਏ, 11th ਦੀ ਐਡਮਿਸ਼ਨ ਹੁੰਦੀ ਹੈ, ਸਟੂਡੈਂਟ ਉੱਥੇ ਜੁਆਇਨ ਕਰ ਸਕਦਾ। 60% ਹਰ ਸਬਜੈਕਟ ਦੇ ਉਹਦੇ ਹੋਣੇ ਚਾਹੀਦੇ ਆ। ਇਹ ਹੋ ਗਈ ਬੱਚੇ ਦੀ ਜਿਹੜੀ ਰਿਕੁਆਇਰਮੈਂਟ ਹੈ। ਮਤਲਬ ਇੱਕ ਬੱਚਾ 7th ਵਿੱਚ ਹੈ ਅਤੇ ਉਹ 5th 6th ਦੀ ਸਾਨੂੰ ਮਾਰਕਸ਼ੀਟ, ਵੈਸੇ ਲਾਸਟ 3 ਈਅਰਸ ਦੀ ਮੰਗਦੇ ਹਾਂ, ਲੇਕਿਨ 2 ਈਅਰਸ ਦੀ ਕੰਪਲਸਰੀ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਹੈ ਲਾਸਟ 2 ਈਅਰਸ ਦੀ 60% ਈਚ ਦੇ ਨਾਲ ਉਹਨਾਂ ਦੀ ਮਾਰਕਸ਼ੀਟ ਹੋਣ, ਕਿਉਂਕਿ ਉਹ ਬੱਚਾ ਜਿਹੜਾ ਆ, ਕਿਉਂਕਿ ਜਦੋਂ ਦੂਸਰੇ ਬੱਚਿਆਂ ਨਾਲ ਪੜ੍ਹੇਗਾ, ਉਸ ਦੀ ਸਟੂਡੈਂਟਸ ਨਾਲ ਪੜ੍ਹੇਗਾ, ਤਾਂ ਨੈਚੁਰਲ ਇੰਨਾ ਕੁ ਬੱਚਾ ਹੋਣਾ ਚਾਹੀਦਾ। 60% ਵਾਲਾ ਬਹੁਤ ਇੰਟੈਲੀਜੈਂਟ ਵੀ ਨਹੀਂ, ਲੇਕਿਨ ਇੱਕ ਅੱਛਾ ਬੱਚਾ ਉਹ ਪਿਕਅਪ ਕਰ ਸਕਦਾ, ਇਸ ਕਰਕੇ 60% ਈਚ ਮੰਗਿਆ ਜਾਂਦਾ। ਉਹਦੇ ਬਾਅਦ ਉਹ ਸਟੂਡੈਂਟ ਦੇ ਮਾਰਕਸ ਹੋ ਗਏ, ਉਹਦਾ ਬਰਥ ਸਰਟੀਫਿਕੇਟ ਚਾਹੀਦਾ ਹੁੰਦਾ ਸਾਨੂੰ, ਔਰ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦਾ ਲੈਟਰ ਚਾਹੀਦਾ ਹੁੰਦਾ। ਇਹ 3 ਪੇਪਰ ਜਿਹੜੇ ਸਟੂਡੈਂਟ ਦੀ ਤਰਫ ਤੋਂ ਪੇਰੈਂਟਸ ਨੇ ਦੇਣੇ ਆ। ਪੇਰੈਂਟਸ ਨੇ ਆਪਣੀ ਇਨਕਮ ਟੈਕਸ ਰਿਟਰਨ ਨਾ ਦੇਣੀ ਹੈ ਔਰ ਸੇਵਿੰਗਸ ਦੇਣੀ ਆ। ਇਹ ਸਾਨੂੰ ਪੂਰਾ ਟੋਟਲ ਜਿਹੜਾ ਪੇਰੈਂਟਸ ਦੀ ਤਰਫ ਤੋਂ ਚਾਹੀਦਾ। ਔਰ ਜਦ ਇਹ ਹੋ ਜਾਂਦਾ ਤਾਂ ਉਹਦੇ ਬਾਅਦ ਅਕਤੂਬਰ ਦੇ ਬਾਅਦ ਚੈਨ ਇਨਟੇਕ ਹੈ ਆਸਟ੍ਰੇਲੀਆ ਦਾ, ਜਿਹਦੇ ਵਿੱਚ ਇਹ ਅਪਲਾਈ ਕਰ ਸਕਦੇ ਆ। ਫੀਸ ਜਿਹੜੀ ਹੈ $15,000 to $20,000 ਜਾਂਦੀ ਹੈ, ਕਲਾਸ ਦੇ ਉੱਪਰ ਡਿਪੈਂਡ ਕਰਦਾ। ਛੋਟੀ ਕਲਾਸ ਹੈ ਫੀਸ ਘੱਟ ਹੋਏਗੀ, ਕਲਾਸ ਬੜੀ ਹੋਏਗੀ ਥੋੜ੍ਹੀ ਫੀਸ ਵੱਧ ਜਾਏਗੀ, ਉਸ ਤੋਂ ਬੜੀ ਕਲਾਸ ਹੋਏਗੀ ਹੋਰ ਵੱਧ ਜਾਏਗੀ $1,000 to $2,000। ਅਤੇ 15 to 20 ਦੇ ਵਿੱਚ ਹੀ ਆਉਂਦੀ ਗਵਰਮੈਂਟ ਸਕੂਲਸ ਦੀ, ਪ੍ਰਾਈਵੇਟ ਸਕੂਲ ਹੈ ਤਾਂ ਉਹ $25,000 ਜਾਂ $30,000 ਆ ਜਾਂਦੀ ਆ। ਫੀਸ ਖਾਲੀ 6 ਮਹੀਨੇ ਦੀ ਦੇਣੀ ਆ, ਬਾਕੀ ਤੁਸੀਂ ਫੰਡ ਦਿਖਾਉਣੇ ਆ। ਇਟਸ ਸੋ ਸਿੰਪਲ। ਜਾਂ ਦੋਨੋਂ ਪੇਰੈਂਟਸ ਨਾਲ ਜਾਣਾ ਚਾਹੁੰਦੇ ਆ, ਦੋਨੋਂ ਵੀ ਨਾਲ ਜਾ ਸਕਦੇ ਆ। ਔਰ ਇਸ ਟਾਈਮ ਆਸਟ੍ਰੇਲੀਅਨ ਗਵਰਨਮੈਂਟ ਦੀ ਜਿਹੜੀ ਪ੍ਰਾਇਓਰਿਟੀ ਹੈ ਉਹ ਸਕੂਲਿੰਗ ਵੀਜ਼ੇ ਦੀ ਆ, ਜਾਂ ਤਾਂ ਮਾਸਟਰ ਬਾਈ ਰਿਸਰਚ ਜਾਂ ਸਕੂਲਿੰਗ ਵੀਜ਼ਾ। ਅਤੇ ਇਹ ਦੋਨੋਂ ਹੀ ਵੀਜ਼ਾ ਜਿਹੜਾ ਗਵਰਨਮੈਂਟ ਦੀ ਪ੍ਰਾਇਓਰਿਟੀ ਹੈ, ਇਸ ਕਰਕੇ ਪੇਰੈਂਟਸ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਆ। ਬਹੁਤ ਅੱਛੀ ਕੈਟਾਗਰੀ ਹੈ। ਮੰਨ ਲਓ ਅੱਜ ਲੱਗਦਾ ਕਿ ਬਹੁਤ ਟਫ ਆਸਟ੍ਰੇਲੀਆ ਜਾਣਾ, ਔਰ ਜੇ ਬੱਚਾ +1 'ਚ ਚਲਿਆ ਗਿਆ, 2 ਸਾਲ ਦੇਖਦੇ ਤੁਹਾਨੂੰ ਟਾਈਮ ਵੀ ਨਹੀਂ ਪਤਾ ਚੱਲਣਾ। ਸਟੂਡੈਂਟ ਦੀ ਉੱਥੇ ਜਿਹੜੇ ਲੋਕਲ ਕਮਿਊਨਿਟੀ ਨਾਲ ਜਾਣ ਪਹਿਚਾਣ ਹੋ ਜਾਣੀ, ਉਹਦੇ ਫਰੈਂਡਸ ਬਣ ਜਾਣੇ ਆ, ਔਰ ਉਹਦਾ ਜਿਹੜਾ, ਕਿਉਂਕਿ ਇਹ ਜਿੰਨੇ ਵੀ ਸਕੂਲ ਹੈ ਇਹਨਾਂ ਦਾ ਯੂਨੀਵਰਸਿਟੀਆਂ ਨਾਲ ਟਾਈ ਅਪ ਹੈ, ਫਿਰ ਇਹ ਬੱਚਾ ਜਿਹੜਾ ਆਟੋਮੈਟਿਕਲੀ ਜੇ ਅੱਛੀ ਪਰਫੋਰਮੈਂਸ ਕਰਦਾ ਹੈ ਅਤੇ ਹੋ ਸਕਦਾ ਇਹਨੂੰ 60-70%, 80% ਸਕੋਲਰਸ਼ਿਪ ਮਿਲ ਜਾਏ, ਤਾਂ ਬੱਚਾ ਆਲਮੋਸਟ ਫ੍ਰੀ ਵਾਂਗ ਉੱਥੇ ਪੜ੍ਹ ਸਕਦਾ ਜੀ।
मैम जिवें तुसी गल कीती सी प्राइवेट स्कूल या गवर्नमेंट स्कूल की, अगर दो ऑप्शन पेरेंट्स कोल होन ता केड़ी ऑप्शन जो है बेस्ट रह सकती है अगर आप रिजल्ट वाइज गल करिए? देखो उन्हां दी पॉकेट ते डिपेंड करता है जी, ठीक है। सब तो बड़ी गल तो यह है कि ओवरसीज एजुकेशन वास्ते तुसी भेज रहे हो और ये फीस जिनी गवर्नमेंट स्कूल की है इंडिया च भी जो आप बोर्डिंग स्कूल च बाहर बच्चे नूं भेजते हैं तो इस तो ज़्यादा ही फीस देंगे जी। तो फीस तो मिनीमम है 6 महीने की फीस कितनी का आ जानी जो 15,000 डॉलर है तो 7,500 डॉलर, ठीक है ना। 4,00,000 रुपया फीस दी तुसी, 4,50,000 रुपया तो तुसी पहुँच गए, राइट जी। हूँ जो आप प्राइवेट स्कूल की गल करिए, आप इतने भी चूज़ करते हैं कि है ना हूँ कोई सनावर भी पढ़ा रहा है, ठीक है, कोई अपनी पॉकेट वाले च पढ़ा रहा है, डिपेंड करता कि उन्होंने आपकी पॉकेट कितनी अलाउ करती है वो हिसाब नाल। बाकी बहुत सारे पेरेंट्स साढ़े तो नाल दोनों पेरेंट्स बच्चे दे नाल वीज़ा लैके गए है तो बड़े सक्सैसफुली सारे वीज़े हुए हैं जब जी जी जी, ठीक है बिल्कुल। सो जरूर पेरेंट्स जो है इस ऑप्शन वाल फोकस कर सकते हैं, जिवें मैम ने भी दसिया कि आस्ट्रेलिया गवर्नमेंट जो है आस्ट्रेलिया स्कूलिंग वीज़ा प्रायोरिटी ते लै रही है, तो तुसी भी जरूर इस चंगे टाइम का फायदा लै सकते हो। जेकर तुसी अपने बच्चों की चंगी सैटलमेंट चाहते हो तो जरूर, जेकर तुसी इंट्रस्टिड हो आस्ट्रेलिया स्कूलिंग वीज़ा के लिए तो जो नंबर डिस्प्ले है इस उपर कॉल करके तुसी नैविगेटर्स ओवरसीज हो डिटेल में इनफॉर्मेशन लै सकते हो, या फिर तुसी इन्हां दे चंडीगढ़ ऑफिस जरूर विजिट कर सकते हो ताकि सारिया चीज़ा तुसी ऑन टेबल चंगी तरह समझो और उसे अकॉर्डिंगली टाइमली अप्लाई करो, क्योंकि जिवें मैम ने दस्या अक्तूबर और उस तो बाद जनवरी इनटेक है। सो जिहड़े इनटेक की तैयारी तुहाड़ी सही ढंग नाल हो जाए फटाफट तुसी तैयारी कर सको, उवें ही तुसी अप्लाई भी कर सको। सो इसे लई जरूरी है सही टाइम किसी भी प्रोसैस दे विच मैं ये बड़ा क्लीयर दसना चाहूँगी, 3 महीने लग जाते हैं वीजे तक, तो पेरेंट्स ये ना सोचन कि बड़ा टाइम पे है। जब तुसी अज अक्टूबर का सोचोगे तो हो सकता है जैन ना हो जाए, है ना, जैन सोचोगे तो जुलाई हो जाएगा, तो बेटर है जब तुसी करना है तो इमीडिएट जिस दिन तुसी इनक्वायरी करते हो तुसी बिल्कुल माइंड मेकअप करो कि जो इनक्वायरी की और बच्चे ने जाना है तो तुसी इनरोल कराओ, अदरवाइज इनटेक हथों निकल गया वो बाद सानू नहीं पता है 100% वीजा देंगे या नहीं देंगे जी। क्योंकि गवर्नमेंट पॉलिसीज बहुत जल्दी चेंज होती हैं। बिल्कुल, सो बहुत बहुत थैंक्स मैम, पूरी इनफॉर्मेशन तुसी अज सांझी कीती है, हमेशा की तरह तुसी बहुत चंगे ढंग नाल गाइड कर दिओ, एक एक गल की कलैरिटी भी नाल दी नाल तुसी जरूर सांझी कर दिओ। तो उम्मीद करते हैं अगर तुहाडे कोई भी सवाल ने तुसी कमेंट्स जरिए भी साडे नाल जरूर सांझे कर सकते हो, या फिर जो नंबर डिस्प्ले है इस उपर तो तुसी कॉल कर ही सकते हो। तो इस तरह नाल असी अगों भी होर इनफॉर्मेटिव वीडियोज़ तुहाडे लई लैके आते रहांगे, फिलहाल ही दिओ जी इजाजत, थैंक यू सो मच। थैंक यू।